ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਭੰਗੂ ਬਲੌਗ ਦੇ ਵਿੱਚ। ਟਾਈਮ ਹੋ ਗਿਆ 10 ਵੱਜ ਗਏ, ਉੱਠ ਖੜ੍ਹੇ ਆਪਾਂ ਅਤੇ ਅੱਜ ਹੈਗਾ ਐਤਵਾਰ, ਸੰਡੇ ਹੋਣ ਕਰਕੇ ਮਾਲ ਮੂਲ ਤਾਂ ਔਖਾ ਹੀ ਆ। ਇਹਦੀ ਖਾਲੀ ਹੋਣੀ ਆ ਕੱਲ੍ਹ ਨੂੰ, ਐਤਵਾਰ ਨੂੰ ਖਾਲੀ ਨਹੀਂ ਹੋਣੀ। ਅਤੇ ਮਾਲ ਦਾ ਆਪਾਂ ਨੇ ਪਤਾ ਕਰਿਆ, 2-3 ਬੰਦੇ ਨੂੰ ਕੀਤਾ ਵਾ ਫੋਨ, ਕੋਈ ਚੀਨੀ ਰੱਖ ਕੇ ਭੁੱਲ ਗਿਆ ਇੱਥੇ। ਅਤੇ 2-3 ਟਰਾਂਸਪੋਰਟਰਾਂ ਨੂੰ ਕਰਿਆ ਵਾ ਫੋਨ, ਉਹ ਕਹਿੰਦਾ ਦੇਖੋ ਜੇ ਇੱਧਰੋਂ ਬਣਦਾ ਇੱਧਰੋਂ ਕਰਾ ਦਾਂਗੇ, ਨਹੀਂ ਦੁਰਗਾਪੁਰੋਂ ਕਰਵਾਵਾਂਗੇ। ਮੰਦਾ ਬਹੁਤ ਛਾ ਗਿਆ ਵੀਰ ਜੀ, ਮੰਦਾ ਤਾਂ ਇੰਨਾ ਛਾ ਗਿਆ, ਆਲੂ ਵਾਲੀ ਗੱਡੀਆਂ ਭਰ ਭਰ ਕੇ ਆ ਗਈਆਂ, ਮੰਦਾ ਤਾਂ ਛਾਣਾ ਹੀ ਸੀਗਾ। ਚਲੋ ਦੁਨੀਆ ਨਾਲੇ ਆ। ਅਤੇ ਬਿਲਡਿੰਗਾਂ ਦੇਖੋ ਇੱਧਰ ਫਿਰ ਤੁਸੀਂ, ਹੈਂ ਉੱਧਰ ਸੁਸਤੀਆਂ ਪਾਈਆਂ ਹੋਈਆਂ ਮਹਾਰਾਜ ਜੀ ਨੇ, ਹੁਣ ਤਾਂ ਉੱਠ ਕੜ ਬਾਹਰ ਹੋ ਗਿਆ। ਦੇਖਾਂ ਓਏ ਹੋਏ, ਇੰਨਾ ਬੁਖਾਰ ਆ, ਉੱਠਦਾ ਕਿਉਂ ਨਹੀਂ, ਮਰ ਗਿਆ ਹੀ, ਆਪਣੀ ਵਾਰੀ ਆਈ ਗੋਲ ਗੱਪੇ ਖਿਲਾਣ ਦੀ, ਮਰ ਗਿਆ ਹੀ। ਚੱਲ ਸ਼ੁਕਰ ਅੱਜ ਆ ਗਿਆ ਤੇਰਾ ਫੋਨ, 3 ਵਜੇ ਆਈ ਵੋ ਗੋਡੀ ਲੈ ਕੇ। ਇੱਥੋਂ 60 ਕਿਲੋਮੀਟਰ ਜਾਣਾ ਇਹਨੇ, 60 ਕਿਲੋਮੀਟਰ ਜਾ ਕੇ ਖਾਲੀ ਕਰ ਦੇਣੀ, ਅਤੇ ਆਪਾਂ ਜਾਵਾਂਗੇ ਬਨਾਰਸ ਖਾਲੀ ਕਰਕੇ। ਅੱਜ ਇੱਥੋਂ ਐਤਵਾਰ ਆ, ਬਣਿਆ ਨਹੀਂ ਕੁਛ ਮਾਲ, 2-3 ਨੂੰ ਕਰਿਆ ਵਾ ਤਾਂ ਫੋਨ, ਜੇ ਬਣ ਗਿਆ ਸ਼ਾਮ ਤੱਕ ਠੀਕ ਆ, ਨਹੀਂ ਫਿਰ ਬਨਾਰਸ ਲੁੱਟੇ ਠੱਗ ਬਨਾਰਸ ਵਾਲੇ, ਹੈਂ ਆ ਗਏ ਰੋਮੀਓ ਰਾਂਝਾ ਡੌਲੇ ਦੇਖ, ਜੱਟ ਦੇ ਕੱਟੇ ਕੱਟੇ ਡੌਲੀਆਂ ਛੋਟੀਆਂ ਛੋਟੀਆਂ, ਇਹ ਜ਼ਿਆਦਾ ਬੜੇ ਡੌਲੇ ਨੇ, ਹੈ ਨਾ ਯਾਰ। ਮੇਰੀਆਂ ਬਾਹਾਂ ਪਤਾ ਨਹੀਂ ਕਿਉਂ ਨਹੀਂ ਮੋਟੀਆਂ ਹੁੰਦੀਆਂ, ਦਵਾਈ ਲੈਂਦਾ ਇਤਨਾ ਕੁਛ ਖਾਤੇ ਹਾਂ ਫਿਰ ਵੀ ਨਹੀਂ ਹੁੰਦੀ ਬਾਜੂ ਮੋਟੀ। ਚਲਤੇ ਹਾਂ ਰੋਟੀ ਖਾਣੇ, ਇਧਰ ਬੰਦੇ ਕੋ ਸਿਰ ਦੁਖ ਰਹਾ ਹੈ, ਇਹ ਉਹ ਚੀਜ਼ਾਂ ਮੰਨ ਲਾ ਆਪਣੀਆਂ, ਤੂੰ ਐਂ ਕਰਨਾ ਫਿਰ ਤੂੰ ਉਹਨੂੰ ਰੱਖ ਲਾ ਸਿੰਮੀ ਨੂੰ, ਮੈਂ ਉਹਨੂੰ ਲੈ ਜਾਵਾਂਗਾ ਜੇ ਜਾਣਾ ਪਿਆ, ਹੈ ਨਾ ਕਿਉਂ ਗੱਡੀ ਗੁੱਡੀ ਦਾ ਹੈਂ, ਮਾੜੀ ਮੋਟੀ ਤਾਂ ਚਲਾਏਗਾ ਹੀ, ਰੈਸਟ ਤਾਂ ਕਰਵਾਏਗਾ ਹੀ ਤੈਨੂੰ, ਲਿਟ ਗਿਆ ਜਿਵੇਂ ਸਹੁਰਿਆਂ ਤੇ ਆਇਆ ਹੁਣ ਨਜ਼ਾਰੇ, ਰਾਤ ਰੋਟੀ ਖਾਈ ਨੀ, ਹੁਣ ਵੀ ਨੀ ਖਿਲਾਣੀ ਦੀ ਤੈਨੂੰ, ਹੈਨਾ ਤੇਰੇ ਗਲੂਕੋਸ ਲਵਾਉਣਾ ਪੈ ਜਾਣਾ ਸੀ, ਇੱਧਰ ਹੋ ਜਾ ਰੋਟੀ ਖਾ ਲੈਣ ਦੇ ਉਹਨਾਂ ਨੂੰ, ਅੰਦਰ ਬੰਦਾ ਢਿੱਲਾ ਹੋ ਗਿਆ ਬਾਈ, ਕੋਈ ਦਵਾਈ ਲਿਖ ਦੋ ਕਰਨੇ ਫੁੱਕੀਏ ਲਫਾਫੇ ਫਿਰ, ਉਹ ਕਿੱਧਰ ਬੜੀ ਸਾਜਰੇ ਯਾਦ ਆ ਗਿਆ ਤੈਨੂੰ ਹੱਥ ਧੋਣੇ, ਹੈ ਚੱਕ ਇਹਨੂੰ ਮੱਥੇ ਪਰ ਕਾਹਦੇ ਹੱਥ ਰੱਖੀ ਬੈਠਾ, ਕਿਆ ਆ ਗਏ ਤਰਤਾਲ ਸਾਹਿਬ ਜੀ, ਅਤੇ ਖਾਂਦੇ ਹਾਂ ਰੋਟੀਆਂ, ਪ੍ਰਭੂ ਦੇ ਗੁਣ ਗਾਉਂਦੇ ਹਾਂ, ਅਤੇ ਆ ਜਾਓ ਫਿਰ ਖਾਈਏ ਤਰਤਾਲ, ਇੱਧਰ ਆਲੂ ਗਾਜਰਾਂ ਦੀ ਸਬਜ਼ੀ, ਅੰਦਰੇ ਬਾੜ ਲੈਣੀ ਸੀ ਕਹਿੰਦੇ ਗੱਡੀ, ਮਿੱਟੀ ਉਹ ਮਿੱਟ ਕੇ ਡਾਤੀ, ਚੱਲਿਆ ਸੇਠ ਖਾਲੀ ਕਰਨਾ, ਹਿਸਾਬ ਕਿਤਾਬ ਕਰ ਲਿਆ ਸੀ ਰੋਟੀਆਂ ਦਾ, ਜਿਹੜਾ ਰਸਤੇ 'ਚ ਕਰਦੇ ਆਏ ਖਰਚਾ ਅੱਧੋ ਅੱਧ। ਹਾਂ ਗਲਾਸ ਦਾ ਬਹੁਤ ਜ਼ਰੂਰੀ ਹੈ ਵੀਰ ਜੀ, ਰਾਤ 200 ਰੁਪਇਆ ਲਾਇਆ ਗਲਾਸ ਪਰ, ਪਾਣੀ ਵੀ ਪੀਣਾ ਹੁੰਦਾ, ਉਹ ਸੱਚ ਬਦਾਮ ਸਾਡੇ ਬਦਾਮ ਪਿਓਏ ਵੇ, ਹੈਲੋ ਆਪਣੇ 7 ਕੁ ਬਦਾਮ ਕੱਢ ਗਿਣ ਕੇ,
एक तू खा गया बिचों बदाम प्यो के रखे थे यार दस तेज होंगी है वीर जी क्या जे शाम तक खाली होगी गड्डी कट्ठे जावांगे नहीं आप शाम नूं निकल जांगे सीधा बनारस क्योंकि आही रेट बनारस तो आही इत्थों आ फिर खाली हो जावांगे नाले तेल बचू है कि नहीं प्योंगे ना बदाम इन बदामा चो तेल कढ़िया वा इन्होंने मशीन नाल तेल ना बदाम टुटन दिने ना कुछ तेल कढ़ दिने इन्ना चैंपियन नहीं है तू लटक के चढ़ जाएगा ओ लगे वे नारियल इन्हें तोड़ने की सलाह बना रहे हैं हम तोड़िए फिर लाइए गड्डी हैं गड्डी लान लगे हैं बैक करके अरे भाई नारियल सेहत वाली चीजा मिली हैं वो कहना मैं चाकू मारना इतों भगा के मैं कहा एडा तू वो नहीं है चाइनीज वाले नहीं होंगे मैं कहना नारियल पानी पीते जावे अच्छा पुछ लिया कहते तोड़ लो हूँ ए नहीं पता भी बाबा आके बोलन लग जाए देखी जाऊगी ओ इधर भी खासे लगे पे ओ देख चल चल आन दे आन दे आन दे चल 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 एकनी खिच के तोड़ ला हूं पानी का है क्या बढ़ के सट लो जा चल तोड़ दे सट दे सट दे थले सट चल इनी देर च बाबे ने आ जाना क्या आप पीने योगे ही कर रहे हैं आप कहना बेचने तोर उधर ते बड़े बड़े जी छोटे छोटे जे रहन की गिर रहे हैं तो गाला ना कड़ा है आज हो गए मारे नारियल पार्टी इधर मार इधर इधर तोड़ लिया नारियल पानी बिच है ही नहीं मन लगता बाबा कहना मैनू भी देके जाएगा मैं कोई नहीं दे जाएंगे है क्या यार पानी चल ठीक है हाँ फोन करी करके क्या करता खाली करता कि मैं ठीक है नारियल तेरे रख लेने अभी जा टायर लीवर लिया चक के एक ना उन्हें करन ने लुकोया अपने जोगा कहना ये मेरा बड़ा नारियल वो लिया चक के उस पानी होएगा पानी तो ये भी है अपना चाकू थोड़ा जहा हुआ हुंडा सब तो अगे जिन्होंने लुकोया पा ने चटाई थले इन्ना तो बढ़ता नारियल ते करते हैं कोशिश नारियल तो दिखन लग गया चाकू ना मुस जाए साडा चाकू मुस गया काम
काम खराब हो जाने। ओए गिलास लेके आई इत्थे। गिलास पहला बाबा जी नूं पिलाईए। एक करियो ते कड्डो जसरा सीगा निकलिया। तो मैनूं दे दो भाई दो मैं खाड़ जाके पूरी मत दे शकल। कोई ना देने वाला ला बीज खा तेरे मुंडा होएगा। बीज खा ला मुंडा होएगा। ला फट खा। चक लिया दो दो तीन चक लिया जिन्ने आने तेरे हाथ च। ला मैनू फड़ा दे। सराख खुला करो एक रखो इन होते रुड़ी ज्यादा दिया। एक मिनट जे बात कट लिया जटा ने पानी। वो चाकू देख के वह करी चाकू ना सीधा कट के फिर वह करी। ला हूँ पी के देख रहे हैं भी कैसा है। आह निरा इश्क बाबे लादा मैं भी नादा तू भी ला। गंद कबाड़ सीटना है बाबा कहिंदा नाले ले जाइयो अपना। ऐ दो दो नारियल भन ले सी पानी पा लिया बिच पी लिया कट के पड़ जा। ये बात रा बिच देख लो जी खोपा। अरे खोपा भी यार कच्ची गिरी निकली है वीर जी। नजारे आन गए बाकी थोनू ना दे आए थे वो करा गए पक गया थोड़ा जा। बाकी समान साडा स्टॉक च पिया बाकी बाडी च पिया। मित्रो सोनू का आया सीगा फोन ते कहना भाई गड्डी तो मेरी होगी कल खाली सवेरे ते थोड़ा दसो कहना क्या बनिया। मैं क्या भाई मैं करया उन्हूं फोन ट्रांसपोर्टर नूं ते वो कहना भाई आ जाओ इत्थे बनारस ते हुण आपां चलदे आ हौली हौली बनारस जाके नौदवर बार्डर से जाके खड़ जाएंगे सरहद वाले के होटल से उत्थे जाके इन्हू फोन करांगे कि भाई आ गए हैं इत्थे इन्हें नूं थोनू भी खाली खुली करके आ जूगा ते आपां हुण चलदे हैं लोए लोए निकलो फिर लोए लोए। ओ तैनू क्या हो गया। हाँ ठीक है ये पतंदर करदा शीशे शूशे साफ चलते हैं बाबा जी कोल परची पुरची कटा के आईए। सच्चे पातशाह सुख शांति रखियो ते मैं आना बाबा जी कोल परची कटा के। ठीक है आयो बाबा जी कटे परची। गले च भी पा दिए। सच्चे पाश किन्ने हो गए मच्छर बहुत है बाबा उरे है ना। तेरी कतल हो गया कतल। कल आए सी मैच कल नू असी आए सी के कल नी दो एक सौ देना
रात आए थे परसों की रात नूं हाँ अच्छा मतलब दो दिन हो गए हाँ जी 400 दे दो आज ठीक है जी अरे गुरु जी आपके पास तो हो जाएगा तो 100 देना पहला मच्छर ज्यादा हो गया आ लो जी 400 रुपया कोई नहीं मित्र हूँ पहुंच जाएंगे ठंडे इलाके च है के नहीं महाराज सच्चे पातशाह 4:30 हो गए बाबा जी टायर टूर लीवर चक लेता ना उत्थे सारा इधर तो लाग नेड़े है नहीं कहते सुख शांति रखे दाता जी बाबा यू टर्न किधर आ यू टर्न अगे किथे का चंगा जी बाय बाय यू टर्न मार के आ गए अपा ये रोड से सीधे ही जाना इतो मैं 6 किलोमीटर आ अपना बनारस लवली दे ढाबे दे रुकांगे जाके दुर्गा पर रह गया मित्रों 15 किलोमीटर ते हुण आपां ना अंबाले जाके एक नंबर लवांगे सिम लवांगे नवा ठीक आ वो नंबर फिर मैं तुहानू दसूंगा फिर जिहदा जिहदा भी गिला शिकवा भी गल नहीं करदा ओहदे पर कर लिया करो फोन फिर आपां सारे गल करिया करांगे मैं एक ग्रुप बना देना ओहदे पर लैके व्हाट्सएप वाला हां जिहदे पर सिर्फ अपनी यूट्यूब फैमिली होगी ना नंबर फैमिली नूं दिता जाऊगा किसी नूं सिर्फ आपां होणगे ओहदे च दसो फिर मंजूर है ना अंबाले जाके ले लांगे सिम ते जिहड़ा अपना दूजा फोन आ ओह रह गया सोनू दी गड्डी च ਉਹ ਫੋਨ 'ਚ ਸਿਮ ਪਾ ਲਾਂਗੇ 24 ਘੰਟੇ ਔਨ ਰਹੂਗਾ ਠੀਕ ਆ ਉਹ ਤਾਂ ਤੁਸੀਂ ਜਦ ਮਰਜ਼ੀ ਫੋਨ ਕਰ ਸਕਦੇ ਆ ਜਦ ਮਰਜ਼ੀ ਦਾ ਮਤਲਬ ਹਾਏ ਖਾਲੀ ਗੱਡੀ ਬਹੁਤ ਭੜਕਦੀ ਆ ਵੀਰ ਜੀ ਸਾਡੇ ਤਾਂ ਨਾਰੀਅਲ ਵੀ ਅੰਦਰ ਭੰਗੜਾ ਪਾਉਂਦੇ ਫਿਰਦੇ ਹੁਣ ਅਤੇ ਮੈਂ ਕਹਿ ਰਿਹਾ ਸੀ ਜਦ ਮਰਜ਼ੀ ਦਾ ਮਤਲਬ ਇਹ ਨਹੀਂ ਵੀ ਰਾਤ ਨੂੰ 2:30 ਵਜੇ ਫੋਨ ਕਰ ਦਿਓ ਇਹ ਨੰਬਰ ਆ ਜਿਹੜਾ ਆਹ ਨੰਬਰ ਮੇਰੇ ਹੁਣ ਇਸ ਟਾਈਮ ਮੇਰੇ ਕੋਲ ਆ ਚੱਲ ਰਿਹਾ ਨਾ ਜਿਹਨਾਂ ਬੰਦਿਆਂ ਕੋਲ ਆਹ ਨੰਬਰ ਹੈਗਾ ਇਹਦੇ ਪਰ ਵੀ 2:30-2:30 ਵਜੇ ਫੋਨ ਰਾਤ ਨੂੰ ਟਾਈਮ ਨਹੀਂ ਦੇਖਦੇ ਬੰਦੇ ਵੀ ਕਿੰਨੇ ਵਜੇ ਫੋਨ ਕਰਨਾ ਹੈ ਨਾ 2:30 ਵਜੇ ਚੱਕਦੇ ਹੈਲੋ ਵੀਰੇ ਉਹ ਮੈਂ ਕਿਹਾ ਵੀਰੇ ਟਾਈਮ ਤਾਂ ਦੇਖ ਲੇ ਕਰੋ ਗੁੱਸਾ ਵੀ ਨਾ ਕਰ ਜਿਓ ਬਾਈ ਪਰ ਯਾਰ 2:30 ਵਜੇ ਤਾਂ ਮਤਲਬ ਨਹੀਂ ਨਾ ਬਣਦਾ ਗੱਲ ਕਰਨ ਦਾ ਦਿਨੇ ਕਰਿਆ ਕਰਾਂਗੇ ਆਪਾਂ ਮੈਂ ਨਾ ਯਾਰ ਕਾਫੀ ਦਿਨ ਦਾ ਸੋਚਦਾ ਸੀਗਾ ਵੀ ਨੰਬਰ ਲਵਾਂ ਬਸ ਕਾਲ ਜੀ ਉਹ ਕਰ ਜਾਣਾ ਐਤਕੀ ਜਾ ਕੇ ਪੱਕਾ ਲੈ ਲੈਣਾ ਨੰਬਰ ਆਪਾਂ ਨੇ ਵਾ ਫਿਰ ਤੁਸੀਂ ਜਦ ਮਰਜ਼ੀ ਉਹ ਕਰਿਓ ਦਿਨ 'ਚ ਕਾਲ ਟੋਲ ਟੈਕਸ 'ਤੇ ਆ ਗਏ ਅਤੇ ਇੱਥੇ ਰੱਖ ਕਿਆ ਹਾਲ ਹੈ ਚਮਕ ਛਲੋ ਠੀਕ ਹੈ ਵਧੀਆ ਅੱਜ ਤੇਰੇ ਨਾ ਕਰੇ ਵਧੀਆ ਕਿਤੇ ਝਾਰਖੰਡ ਮੇ ਕਿਤਨਾ ਹੋਏਗਾ ਡੀਜ਼ਲ ਮਾਲੂਮ ਨਹੀਂ ਤੋ ਪਵਾ ਲਈਏ ਇੱਥੇ
पचानवे रुपया और 89 अगर 150 के लीटर पवा लिए सिमी गया नारियल सिटन अंदर जड़े तोड़े सी टोल चढ़ देने नहीं इदा इदा बजी जाने उत्थे बंदर चक ले जाएंगे सवार के रख दी है तेल लिया पवा आप 150 लीटर तेल वालों टेंशन फ्री हो गया तो हम चलते हैं कट मारता है ए बंगाली दादा 200 किलोमीटर रह गया चपारन मैं कहना जे ना वधिया होई मैं एक रे पहला सुन लो हां सुना जे ना वधिया होई मैं पाऊंगा नहीं ढाबा 150 किलोमीटर दूर आ तू सुना मूह बरा नु करके सुना दे ज्यादा नी हां जोर के बोली थोड़ा जा अबे जल्दी बोल कल सुबह पनवेल निकलना है एक चिट्ठी लिख कदे मेरे लिए हां थोड़ी लम्मी ते थोड़ी मीठी जे अच्छा बड़ा चिर हो गया तेनू गल लाया हां कोई दुख सुना बे नेड़े जी हां तेनू फोन लई बड़ा जोर लाया हां पर तू बनिया ही नहीं मेरे लिए हां चढ़दे ही तेनू याद करा हां कदे याद आया मैं तेरे पड़ोसी घोषित कर दांगे रोड हो सिरे दे लगा सिरे तक क्यों जी सिमी फिर भी फिर नजारा गड्डी बजाने दा नाले चलाने दा जांदी है ना 70-70 ऐसे जाती है नहीं यारों का ट्रक बल्ली है ओ जीटी रोड पे दुहाई पावे ਨੀ ਯਾਰਾਂ ਦੇ ਟਰੱਕ ਵੱਲੀਏ ਨੀ ਦਾਰ ਜੀ ਦਾ ਟਰੱਕ ਜਾਂਦਾ ਏ ਕਦੇ 10 ਤੇ ਕਦੇ 20 ਤੇ ਆਂਦੀਆਂ ਵੱਸਾਂ ਚੱਲ ਪਿੱਛੇ ਖੜੇ ਟਰੱਕ ਚੱਲ ਪਿੱਛੇ ਵੀਰ ਜੀ ਦਵਾਈਆਂ ਪਵਾ ਦਾਂਗੇ ਦਵਾਈਆਂ ਅੱਸਾਂ ਦੇ ਦਾਰ ਜੀ ਨੇ ਅੱਸਾਂ ਨੂੰ ਕਿਹਾ ਤੁਸਾਂ ਗੱਡੀ 70 ਤੇ ਘੱਟ ਨਹੀਂ ਚਲਾਣੀ ਵੀਰ ਜੀ ਉਹ ਸਾਫ਼ ਰੋਡ ਤੇ ਬਾਗੀਆਂ ਪਾਉਂਦਾ ਜਾਂਦਾ ਏ ਤੁਹਾਡਾ ਵੀਰ ਆ ਦੇਖੋ ਖੜੇ ਟਰੱਕ ਚੱਲ ਪਿੱਛੇ ਓਹੋ ਵੀਰ ਜੀ ਇਹ ਕੀ ਹੋ ਗਿਆ ਜੀ ਡਿਵਰਸਨ ਆ ਗਿਆ ਜੀ ਚਲੋ ਕੋਈ ਨਹੀਂ ਇਹਨੇ ਵੀ ਆਉਣਾ ਹੀ ਸੀ ਜਿਹੜਾ ਆ ਰੋਡ ਆ ਨਾ ਆ ਰੋਡ ਗਿਆ ਰਾਂਚੀ ਨੂੰ ਆਲਾ ਇੱਧਰ ਤੇ ਚਪਾਰਨ ਪਹੁੰਚਣੇ ਵਾਲੇ ਆ ਆਪਾਂ ਤੇ ਹੁਣ ਇੱਥੇ ਸੌਂ ਜਾਾਂਗੇ ਸਵੇਰੇ ਚੱਲਾਂਗੇ ਇਥੋਂ ਟਾਈਮ ਹੋ ਗਿਆ ਦੇਖੀ ਕਿੰਨਾ ਟਾਈਮ ਹੋ ਗਿਆ ਸਿਮੀ 12:15 ਹੋ ਗਏ ਤੇ ਇਥੋਂ ਸਵੇਰੇ ਚੱਲਾਂਗੇ ਹੁਣ ਸੌਂ ਜਾਂਦੇ ਆ ਘਾਟ ਉੱਤਰ ਕੇ ਹੋਟਲ ਆ ਚਪਾਰਨ ਵਾਲਾ ਗਰੇਵਾਲ ਗਰੇਵਾਲ ਹੋਟਲ ਉੱਥੇ ਸੌਂ ਜਾਵਾਂਗੇ ਉੱਥੋਂ ਸਵੇਰੇ ਜਾਵਾਂਗੇ ਅਤੇ ਅੱਜ ਲੱਤਾਂ ਜੀ ਪਤਾ ਨਹੀਂ ਕਾਹਦੇ ਲੱਗ ਗਈਆਂ ਦਵਾਉਣ ਵਾਲੀਆਂ ਮਿੱਤਰ ਹੋ ਗਿਆ ਡਾਊਨ ਸ਼ੁਰੂ ਚਪਾਰਨ ਵਾਲਾ
ਤੇ 6 ਕਿਲੋਮੀਟਰ ਰਹਿ ਗਿਆ ਇੱਥੋਂ ਹੋਟਲ ਹੁਣ ਸਾਰਾ ਡਾਊਨ ਹੈ ਡਾਊਨ ਹੈ ਹੋਟਲ ਤੱਕ ਨਾ ਹੋਟਲ 'ਤੇ ਜਾ ਕੇ ਖਤਮ ਹੋ ਜਾਣਾ ਸਮਝ ਅਤੇ ਰੋਟੀਆਂ ਸਾਡਾ ਵੇਟ ਕਰ ਰਹੀਆਂ ਹੋਟਲ 'ਤੇ ਵੀ ਕਦ ਆਉਂਗੇ ਕਦ ਸਾਨੂੰ ਖਾਉਂਗੇ ਕਿਉਂ ਬਈ ਢਿੱਡ 'ਚ ਚੂਹੇ ਕੁੱਦਰੇ ਆ ਪੂਰੇ ਬ੍ਰੇਕਰ ਜੇ ਵੀ ਬਣਾਏ ਵੇ ਆ ਉਰੇ ਅਰੇ ਜਮੇ ਹੀ ਲਾ ਕੇ ਦੇਖਦੇ ਆ ਪਹੁੰਚ ਗਏ ਆਪਾਂ ਢਾਬੇ 'ਤੇ ਅਤੇ ਹੁਣ ਖਾਂਦੇ ਹਾਂ ਰੋਟੀਆਂ ਰੋਟੀਆਂ ਖਾ ਕੇ ਸੌਂ ਜਾਂਦੇ ਔਰ ਸਵੇਰੇ ਹੀ ਚੱਲਾਂਗੇ ਅਤੇ ਆ ਗਰੇਵਾਲ ਢਾਬਾ ਪੰਜਾਬੀ ਇੱਥੇ ਉਹ ਲਾਤੀ ਆਪਾਂ ਨੇ ਗੱਡੀ ਮੋੜ ਕੇ ਉੱਥੇ